ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 456ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸੰਪਰਦਾਇ ਨਾਨਕਸਰ ਨਾਨਕਸਰ ਕੁਟੀਆ ਵੱਲੋਂ ਗੁਰਦੁਆਰਾ ਦੁਖਮਵਾਰ ਸਾਹਿਬ ਵਿਖੇ ਅੱਜ 101 ਸਕੂਲਾਂ ਦੇ ਹਜ਼ਾਰਾਂ ਬੱਚੇ, ਸੰਗਤਾਂ, ਸੰਤ ਜਨ, ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੀ ਅਕਾਲ ਤਖ਼ਤ ਸਾਹਿਬ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਅਣਗਿਣ ਸੰਤ ਮਹਾਂਪੁਰਸ਼, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਰਿਆਂ ਨੇ ਮਿਲ ਕੇ ਅੱਜ ਹਾਜ਼ਰੀ ਭਰੀ। ਬਹੁਤ ਪਿਆਰ ਅਤੇ ਸ਼ਰਧਾ ਨਾਲ ਪਿਛਲੇ 10 ਸਾਲਾਂ ਤੋਂ ਜੋ ਗੁਰਦੁਆਰਾ ਦੁਖਨਿਵਾਰ ਸਾਹਿਬ ਵਿਖੇ ਅੱਜ ਦੇ ਦਿਵਸ ਬੱਚਿਆਂ ਵੱਲੋਂ ਮਿਲ ਕੇ 10 ਜਪਜੀ ਸਾਹਿਬ ਜੀ ਦੇ ਪਾਠਾਂ ਦੀ ਹਾਜ਼ਰੀ ਭਰੀ ਜਾਂਦੀ ਹੈ। ਅੱਜ ਵੀ ਉਸੇ ਤਰ੍ਹਾਂ ਸਮਾਗਮ ਹੋਇਆ। ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ, ਸਰਦਾਰ ਸਤਵਿੰਦਰ ਸਿੰਘ ਜੀ ਟੌੜਾ, ਗਿਆਨੀ ਸੁਖਦੇਵ ਸਿੰਘ ਜੀ, ਗਿਆਨੀ ਪ੍ਰਨਾਮ ਸਿੰਘ ਜੀ, ਮੈਨੇਜਰ ਸਰਦਾਰ ਕਰਨੈਲ ਸਿੰਘ, ਅਣਗਿਣਤ ਗੁਰਮੁਖਾਂ ਨੇ, ਸਤਪੁਰਸ਼ਾਂ ਨੇ, ਸੰਗਤਾਂ ਨੇ, ਨਗਰਾਂ ਪਿੰਡਾਂ ਨੇ ਮਿਲ ਕੇ ਹਾਜ਼ਰੀ ਭਰੀ ਹੈ। ਸੰਪਰਦਾਇ ਨਾਨਕਸਰ ਵੱਲੋਂ ਟਾਈਮ ਟੀਵੀ ਦੇ ਸਮੁੱਚੇ ਸਟਾਫ ਨੂੰ, ਆਪ ਸਭ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਜੀ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲਿਆਂ ਨੇ ਸਾਲਾਨਾ ਗੁਰਬਾਣੀ ਜਾਪ ਸਮਾਗਮ ਕਰਵਾਇਆ। ਇਹ ਸਮਾਗਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਔਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੁਰਬ ਨੂੰ ਸਮਰਪਿਤ ਸਾਲਾਨਾ ਕਰਵਾਏ ਜਾਂਦੇ ਹਨ, ਜਿੱਥੇ ਹਜ਼ਾਰਾਂ ਸੰਗਤਾਂ ਨੇ ਭਾਗ ਲਿਆ। ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ, ਜਿਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਔਰ ਜਿਹੜਾ ਧਾਰਮਿਕ ਕਾਰਜ ਕਰਵਾਇਆ ਜਾਂਦਾ ਮਹਾਂਪੁਰਖਾਂ ਵੱਲੋਂ, ਇਹਦੀ ਸ਼ਲਾਘਾ ਕੀਤੀ ਹੈ। ਇਹੋ ਜਿਹੇ ਕਾਰਜ ਹੋਣੇ ਚਾਹੀਦੇ ਨੇ। ਅੱਜ ਸ਼ਹੀਦਾਂ ਦੇ ਸਰਤਾਜ ਯਾਨੀ ਕਿ ਬਹੁਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਔਰ ਇਸ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਜਿੱਥੇ ਇਸ ਪ੍ਰਕਾਸ਼ ਪੁਰਬ ਨੂੰ ਸਮੁੱਚੇ ਵਿਸ਼ਵ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਮਨਾ ਰਹੀਆਂ ਨੇ, ਉੱਥੇ ਪਟਿਆਲੇ ਦੇ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਬਾਬਾ ਹਰਚਰਨ ਸਿੰਘ ਜੀ ਤ੍ਰਿਪੜੀ ਵਾਲੇ ਉਹਨਾਂ ਵੱਲੋਂ ਹਰ ਸਾਲ ਹੀ ਇਸ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਸਕੂਲਾਂ ਦੇ ਬੱਚਿਆਂ ਨੂੰ ਇਕੱਠਿਆਂ ਕਰਕੇ ਜਪਜੀ ਸਾਹਿਬ ਦੇ ਜਾਪ ਕੀਤੇ ਜਾਂਦੇ ਨੇ ਅਤੇ ਅੱਜ ਸਾਰੇ ਬੱਚੇ ਜਿਹੜੇ ਨੇ ਬਹੁਤ ਸਾਰੇ ਸਕੂਲਾਂ ਦੇ ਇਕੱਠੇ ਹੋਏ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਜਪਜੀ ਸਾਹਿਬ ਦੇ ਪਾਠ ਜਿਹੜੇ ਨੇ ਉਹ ਕਰ ਰਹੇ ਨੇ ਬੱਚੇ। ਇਹ ਬਹੁਤ ਅੱਛਾ ਉਪਰਾਲਾ, ਚੰਗਾ ਉਪਰਾਲਾ ਹੈ। ਬੱਚਿਆਂ ਨੂੰ ਹੌਸਲਾ ਮਿਲਦਾ ਹੈ, ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਕਿਸ ਤਰ੍ਹਾਂ ਅਸੀਂ ਬਾਣੀ ਨਾਲ ਜੁੜਨਾ ਹੈ, ਬਾਣੀ ਦੇ ਤਾਰਨੀ ਬਣਨਾ ਹੈ। ਅਤੇ ਅੱਜ ਲੋੜ ਵੀ ਹੈ, ਸਮਾਂ ਵੀ ਮੰਗ ਕਰਦਾ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਆਪਣੇ ਸਕੂਲਾਂ ਦੇ ਬੱਚਿਆਂ ਤੋਂ, ਕਾਲਜਾਂ ਦੇ ਵਿਦਿਆਰਥੀਆਂ ਤੋਂ ਜਿਹੜਾ ਉੱਪਰ ਆਰੰਭ ਕਰੀਏ ਔਰ ਬਾਬਾ ਜੀ ਦਾ ਉਪਰਾਲਾ ਬੜਾ ਸਲਾਹੁਣਯੋਗ ਹੈ। ਇੱਕ ਵਾਰੀ ਫਿਰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਬਸ ਇਹ ਹੈ ਕਿ ਬੜੀ ਖੁਸ਼ੀ ਵਾਲੀ ਗੱਲ ਹੈ, ਕਰਤਾਰਪੁਰ ਲਾਂਘਾ ਕੋਰੀਡੋਰ ਜਿਹੜਾ ਉਹ ਖੁੱਲ੍ਹ ਰਿਹਾ ਔਰ ਉਮੀਦ ਕਰਦੇ ਹਾਂ ਕਿ ਦੋਨੇ ਸਰਕਾਰਾਂ ਜਿਹੜੀਆਂ ਨੇ ਉਹ ਐਫਰਟਸ ਕਰਕੇ ਜਲਦੀ ਤੋਂ ਜਲਦੀ ਸਾਰੀ ਤਿਆਰੀ ਮੁਕੰਮਲ ਕਰਕੇ ਪ੍ਰਕਾਸ਼ ਪੁਰਬ ਜਿਹੜਾ ਆ ਰਿਹਾ ਗੁਰੂ ਨਾਨਕ ਸਾਹਿਬ ਜੀ ਦੇ ਉਦੋਂ ਪਹਿਲਾਂ ਲਾਂਘਾ ਖੋਲ੍ਹਣ ਦੇ ਲਈ ਯਤਨਸ਼ੀਲ ਹੋਣਗੇ। ਇੱਦਾਂ ਦੇ ਨਹੀਂ, ਇਹ ਤਾਂ ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਦੋਂ ਤੋਂ ਹੀ ਹੋ ਰਿਹਾ, ਇੱਦਾਂ ਕੋਈ ਖੁਸ਼ੀ ਨਹੀਂ। ਇਹ ਪੋਲੀਟੀਕਲ ਮਸਲਾ ਹੈ, ਕੁਛ ਉਹ ਅਸੀਂ ਪਰਸੋਂ ਵੀ ਜਿਹੜੀ ਹੈ ਸੰਗਤਾਂ ਨੂੰ ਪ੍ਰੇਰਨਾ ਦਿੱਤੀ ਹੈ ਕਿ ਜਿਹੜਾ ਪੰਜ ਛੇਟਿਆ ਵਿਅਕਤੀ ਹੁੰਦਾ ਚਾਹੇ ਉਹ ਕੋਈ ਵੀ ਹੋਵੇ, ਪਹਿਲਾਂ ਸੁੱਚਾ ਸਿੰਘ ਲਗਾ ਹੀ ਨਹੀਂ ਹੈ ਬਲਕਿ ਦਰਸ਼ਨ ਸਿੰਘ ਰਾਗੀ ਹੈ, ਹੋਰ ਬਹੁਤ ਸਾਰੇ ਹੈ, ਕਿਸੇ ਨਾਲ ਵੀ ਮਿਲਵਰਤ ਰੱਖਣਾ ਜਿਹੜਾ ਠੀਕ ਨਹੀਂ। ਦੇਖਦੇ ਹਾਂ, ਵਿਚਾਰਦੇ ਹਾਂ ਜੀ। ਇਹ ਬਹੁਤ ਮੰਦਭਾਗਾ ਗੱਲ ਹੈ ਜੀ ਕਿ ਸਿਵਲ ਸਰਵਿਸ ਪ੍ਰੀਖਿਆ ਦੇ ਦੌਰਾਨ ਪਹਿਲਾਂ ਤਾਂ ਕਕਾਰਾਂ ਦੇ ਉੱਤੇ ਜਿਹੜੀ ਹੈ ਪਾਬੰਦੀ ਲੱਗੀ ਹੋਈ ਸੀਗੀ, ਕਕਾਰ ਪਾ ਕੇ ਜਿਹੜਾ ਅੰਦਰ ਹੀ ਨਹੀਂ ਸੀ ਜਾ ਸਕਦੇ, ਅਤੇ ਹੁਣ ਜੇ ਰਿਲੀਫ ਦਿੱਤੀ ਹੈ ਅਤੇ 2 ਘੰਟੇ ਉਹਨਾਂ ਨੂੰ ਪਹਿਲਾਂ ਜਿਹੜਾ ਬੁਲਾਉਣ ਦਾ ਜਿਹੜਾ ਆਦੇਸ਼ ਹੋ ਗਿਆ, ਇਹ ਇੱਕ ਕਿਸਮ ਦਾ ਸਿੱਖ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਟੋਰਚਰ ਕਰਨ ਵਾਲੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਵਿਤਕਰਾ ਨਹੀਂ ਹੋਣਾ ਚਾਹੀਦਾ। ਨਹੀਂ, ਇਸ ਤਰ੍ਹਾਂ ਕੋਈ ਗੱਲ ਨਹੀਂ, ਕੋਈ ਸਿਆਸੀ ਪ੍ਰਭਾਵ ਨਹੀਂ ਗਾ, ਠੀਕ ਹੈ।